प्यारे विद्यार्थियों साश्री अकाल मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੌਥੀ ਸ਼੍ਰੇਣੀ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ 11 ਮੇਰੇ ਨਿਸ਼ਾਨੇ ਕਵਿਤਾ ਨੂੰ ਪੜ੍ਹਾਂਗੇ ਇਹ ਕਵਤਾ दर्शन सिंह अवारा द्वारा लिखी गई है मैं पारत दी शाहन बनागा मैं भारत शाहन बनागा पावे अजहा छोटा बच्चा पर मैं कदे महान बनागा ਮੈਂ ਪਾਰਤ ਦੀ ਸ਼ਾਨ ਬਣਾਗਾ ਕਰਕੇ ਮਨ ਦੇ ਨਾਲ ਪੜਾਈ ਉੱਚੀ ਉੱਚੀ ਵਿਦਿਆ ਪਾ ਕੇ ਕਰਕੇ ਮਨ ਦੇ ਨਾਲ ਪੜਾਈ उच्ची उच्ची विद्या पाके पूरी परमी ही मेहनत करके सूझ बधा के ज्ञान बधा के मैं चंगा विद्वान बनागा मैं भारत दी शान बनागा मैं भारत दी शान बनागा मेरी ਕਾ ਦੇ ਵਿੱਚ ਰਹ ਸੰ ਦੇਸ਼ ਮੇਰੇ ਦੇ ਹੱਤਾ ਬੰਨੇ ਮੇਰੀਆਂ ਅੱਖਾਂ ਦੇ ਵਿੱਚ ਰਹ ਸੰ ਦੇਸ਼ ਮੇਰੇ ਦੇ ਹੱਤਾ ਬੰਨੇ ਤੱਕੇ ਗਾਣਾ ਮੇਰੇ ਹੁੰਦਿਆ ਕੋਈ ਮੇਰੇ 파ਰਤ ਬੰਨੇ ਮੈਂ ਫੌਜੀ ਕਪਤਾਨ ਬਣਾਗਾ ਮੈਂ ਫੌਜੀ ਕਪਤਾਨ ਬਣਾਗਾ ਮੈਂ ਭਾਰਤ ਦੀ ਸ਼ਾਨ ਬਣਾਗਾ ਮੈਂ ਭਾਰਤ ਦੀ ਸ਼ਾਨ ਬਣਾਗਾ ਹਿੰਦੂ ਮੁਸਲਮਨ ਸਿੱਖ ਈਸਾਈ ਮੈਨੂੰ ਕੋਈ ਨਹੀਂ ਪਰਾਇਆ ਹਿੰਦੂ ਮੁਸਲਮਨ ਸਿੱਖ ਈਸਾਈ ਮੈਨੂੰ ਕੋਈ ਨਹੀਂ ਪਰਾਇਆ ਲੱਗਦਾ ਮੈਨੂੰ ਆਪਣਿਆਂ ਵਾਂਗ ਹਰ ਇੱਕ 파ਰਤ ਮਾ ਦਾ ਜਾਇਆ ਮੈਂ 파ਰਤ ਦੀ ਜਿੰਦ ਜਾਨ ਬਣਾਗਾ ਮੈਂ 파ਰਤ ਦੀ ਜਿੰਦ ਜਾਨ ਬਣਾਗਾ ਮੈਂ 파ਰਤ ਦੀ ਸ਼ਾਨ ਬਣਾਗਾ ਮੈਂ ਭਾਰਤ ਦੀ ਸ਼ਾਨ ਬਣਾਗਾ ਸੌਪ ਦੇਗੀ ਜੋ ਕਮ ਮੈਨੂੰ ਭਾਰਤ ਮਾਤਾ ਜੋਗ ਬਣਾ ਕੇ ਸੌਪ ਦੇਗੀ ਜੋ ਕਮ ਮੈਨੂੰ ਭਾਰਤ ਮਾਤਾ ਜੋਗ ਬਣਾ ਕੇ ਓਹੀ ਮੇਰਾ ਧਰਮ ਬਨੇਗਾ ਤੋੜ ਚੜਾ ਸਾ ਤਨ ਮਨ ਲਾ ਕੇ ਮੈਂ ਚੰਗੀ ਸੰਤਾਨ ਬਣਾਗਾ ਮੈਂ ਚੰਗੀ ਸੰਤਾਨ ਬਣਾਗਾ ਮੈਂ ਪਰਤ ਦੀ ਸ਼ਾਨ ਬਣਾਗਾ ਮੈਂ ਪਰਤ ਦੀ ਸ਼ਾਨ ਬਣਾਗਾ ਇਕੋ ਨੂਰ ਹੈ ਸਭ ਨਾ ਅੰਦਰ चूठिया ने सब जात पाता इको इक नूर है सब ना अंत झूठिया ने सब जात पाता उड जाने ने मेनू तक के ऊच नीचता छूतां छाता मैं ऐसा तूफान बनागा मैं ऐसा तूफान बनागा मैं भारत शान बनागा मैं भारत शान बनागा मैं भारत शान बनागा पाठ अभ्यास हेठ लिखिया सत्रा पूरियां करो प्यारे बच्चों एक हफ्ता दिया 17 ਦਿੱਤੀਆਂ ਹਨ ਇਸ ਤੋਂ ਅੱਗੇ 17 ਨੂੰ ਅਸੀਂ ਪੂਰੀਆਂ ਕਰਨਾ ਹੈ ਭਾਵੇਂ ਅੱਜ ਹਾਂ ਛੋਟਾ ਬੱਚਾ ਪਰ ਮੈਂ ਕਦੇ ਮਹਾਨ ਬਣਾਗਾ ਤੱਕੇ ਗਾਣਾ ਮੇਰੇ ਹੁੰਦਿਆਂ ਕੋਈ ਮੇਰੇ ਭਾਰਤ ਬੰਨੇ ਲੱਗਦਾ ਮੈਨੂੰ ਆਪਣਿਆਂ ਵਾਂਗਰ ਹਰ ਇੱਕ ਭਾਰਤ ਮਾਂ ਦਾ ਜਾਇਆ ਇਕੋ ਨੂਰ ਹੈ ਸਭਨਾ ਅੰਦਰ ਝੁੱਠੀਆਂ ਨਹੀਂ ਸਭ ਚਾਤਾਂ ਪਾਤਾਂ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਸ਼ਾਨ ਮੈਂ ਭਾਰਤ ਦੀ ਸ਼ਾਨ ਬਣਾਗਾ ਮਹਾਨ ਪੜ੍ਹ ਲਿਖ ਕੇ ਮੈਂ ਵੀ ਮਹਾਨ ਬਣਾਗਾ ਗਿਆਨ ਪੜ੍ਹ ਲਿਖ ਕੇ ਗਿਆਨ ਵਧਾ ਕੇ ਮੈਂ ਵਿਦਵਾਨ ਬਣਾਗਾ ਮਿਹਨਤ ਉੱਚੀ ਵਿਦਿਆ ਪ੍ਰਾਪਤ ਕਰਨ ਲਈ ਮੈਂ ਪੂਰੀ ਮਿਹਨਤ ਕਰਦਾ ਹਾਂ ਪ੍ਰਾਇਆ ਮੇਰੇ ਭਾਰਤ ਦਾ ਵਾਸੀ ਮੈਨੂੰ ਪ੍ਰਾਇਆ ਨਹੀਂ ਲੱਗਦਾ ਪਿਆਰੇ ਬੱਚਿਓ ਇਹ ਵਾਕ ਮੈਂ ਕਵਿਤਾ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਨਾਂ ਨੂੰ ਆਪਣੀ ਸੂਝ-ਬੂਝ ਨਾਲ ਵੀ ਬਣਾ ਸਕਦੇ ਹੋ ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ ਉੱਚ ਨੀਚ ਇੱਕ ਉਦਾਹਰਨ ਸਾਨੂੰ ਦਿੱਤੀ ہوئی ਹੈ ਬੱਚਿਓ ਇਹ ਜੋੜ ਦੇ ਸ਼ਬਦ ਹਨ ਭਾਰਤ ਮਾਂ ਸ਼ਾਬਾਸ਼ ਫੌਜੀ ਕਪਤਾਨ ਮੈਂ ਫੌਜੀ ਕਪਤਾਨ ਬਣਾਗਾ ਤਨ ਮਨ ਚੂ छात जाता पाता शाबाश। विश्राम ला हिंदू मुसलिमी प्यारे बचो ये सारे धर्म हैं धर्मांू अलग अलग करने लाई असी कोमे की वरतों करते हा हिंदू कौम मुस्लिम कौम सिख कौम ਇਸਾਈ, ਮੈਨੂੰ ਕੋਈ ਨਹੀਂ ਪਰਾਇਆ ਡੰਡੀ ਲੱਗਦਾ ਮੈਨੂੰ ਆਪਣਿਆਂ ਵਾਂਗ, ਹਰ ਇੱਕ ਭਾਰਤ ਮਾਂ ਦਾ ਜਾਇਆ ਡੰਡੀ ਬੱਚਿਓ ਤੁਸੀਂ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੇ ਹੋ? ਪਿਆਰੇ ਬੱਚਿਓ ਤੁਸੀਂ ਪੜ੍ਹਾਈ ਕਰਕੇ ਉੱਚੀ ਵਿਦਿਆ ਪ੍ਰਾਪਤ ਕਰਕੇ ਸਖਤ ਮਿਹਨਤ ਨਾਲ ਆਪਣੇ ਮਾਤਾ ਪਿਤਾ ਆਪਣੇ ਅਧਿਆਪਕ ਆਪਣੇ ਪਿੰਡ ਸ਼ਹਿਰ ਕਸਬੇ ਦਾ ਨਾਮ ਉੱਚਾ ਕਰ ਸਕਦੇ ਹੋ ਇਹ ਬੱਚਿਓ ਤੁਸੀਂ ਖੁਦ ਲਿਖਣਾ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਬਨਣਾ ਚਾਹੁੰਦੇ ਹੋ ਤੁਸੀਂ ਕੋਈ ਡਾਕਟਰ ਬਨਣਾ ਚਾਹੁੰਦੇ ਹੋ ਇੰਜੀਨੀਅਰ ਬਨਣਾ ਚਾਹੁੰਦੇ ਹੋ ਜਾਂ ਕੁਝ ਹੋਰ ਬਨ ਕੇ ਆਪਣੇ ਦੇਸ਼ ਦੀ ਆਪਣੇ ਸਮਾਜ ਦੀ ਕਿਸ ਤਰ੍ਹਾਂ ਸੇਵਾ ਕਰਨੀ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਬੱਚਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ